ਮੈਨੂੰ ਸੀਗਾ 6 ਮਹੀਨੇ ਬਾਅਦ ਅੰਦਰ ਰਹਿ ਕੇ ਆਏ ਆ ਤੇ ਮੈਂ ਅੱਜ ਆਉਣਗੇ ਤੇ ਮੈਂ ਉਹਨਾਂ ਦਾ ਪਤਾ ਪੁਤਾ ਲੈ ਲਾਂ, ਹਾਲ ਚਾਲ ਪੁੱਛ ਲਾਂ, ਇਹ ਵੀ ਪੁੱਛ ਲਾਂ ਕਿ ਭਾਈ ਮੇਰੇ ਯਾਰ ਦਾ ਕੇਜਰੀਵਾਲ ਦਾ ਉੱਥੇ ਕੀ ਹਾਲ। ਵੀ ਮੈਂ ਵੀ ਚਿੰਤਿਤ ਹਾਂ, ਕਹਿੰਦੇ 5-7 ਕਿਲੋ ਭਾਰ ਘੱਟ ਗਿਆ ਅੰਦਰ ਰਹਿ ਕੇ, ਅਤੇ ਕੋਈ ਡਾਇਟ ਡੂਇਟ ਜੇ ਅਸੀਂ ਸੁਜੈਸਟ ਕਰ ਸਕਦੇ ਅਸੀਂ ਸੁਜੈਸਟ ਕਰਾਂਗੇ ਜਿਹਦੇ ਨਾਲ ਭਾਰ ਨਾ ਘਟੇ ਔਰ ਉਹ ਤੰਦਰੁਸਤ ਰਹੇ। ਕਿ ਰੱਬ ਦੇ ਰੰਗ ਵੇਖੋ ਕਿ ਮੈਨੂੰ ਅੰਦਰ ਕਰਾਉਂਦੇ ਸੀ ਆਪ ਮੇਰੇ ਤੋਂ ਵੱਧ ਸਮਾਂ ਸਾਰੀ ਲਾਏ ਹੌਲੀ ਹੌਲੀ। ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ। ਸੰਜੇ ਸਿੰਘ ਖਿਲਾਫ਼ ਮਜੀਠੀਆ ਦੇ ਮਾਣਹਾਨੀ ਕੇਸ ਦੇ ਵਿੱਚ 6 ਅਪ੍ਰੈਲ 2024 ਨੂੰ ਮੁੜ ਸੁਣਵਾਈ ਹੋਈ ਹੈ। ਤਾਰੀਖ ਭੁਗਤਣ ਦੇ ਲਈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਦੀ ਅਦਾਲਤ ਪਹੁੰਚੇ, ਲੇਕਿਨ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਪੇਸ਼ ਨਹੀਂ ਹੋਏ, ਜੋ ਕਿ ਦਿੱਲੀ ਵਿੱਚ ਕਥਿਤ ਸ਼ਰਾਬ ਘੋਟਾਲੇ ਮਾਮਲੇ ਵਿੱਚ ਈਡੀ ਦੀਆਂ ਪੇਸ਼ੀਆਂ ਭੁਗਤਣ ਵਿੱਚ ਵਿਅਸਤ ਸਨ। ਅਜਿਹੇ ਵਿੱਚ ਅੰਮ੍ਰਿਤਸਰ ਅਦਾਲਤ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਸੰਜੇ ਸਿੰਘ ਸਮੇਤ ਆਮ ਆਦਮੀ ਪਾਰਟੀ 'ਤੇ ਜੰਮ ਕੇ ਨਿਸ਼ਾਨੇ ਸਾਧੇ। ਮਜੀਠੀਆ ਨੇ ਤੰਜ ਕੱਸਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਉਸ ਨੂੰ ਜੇਲ੍ਹ ਭੇਜਣਾ ਚਾਹੁੰਦੇ ਸਨ, ਪਰ ਹਾਲਾਤ ਇਹ ਬਣ ਗਏ ਨੇ ਕਿ ਹੁਣ ਆਪ ਦੇ ਵੱਡੇ ਲੀਡਰ ਹੀ ਵਾਰੋ ਵਾਰੀ ਜੇਲ੍ਹ ਹੋ ਆਏ ਨੇ। ਇਸ ਦੇ ਨਾਲ ਹੀ ਮਜੀਠੀਆ ਨੇ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਜਿਤਾਈ ਅਤੇ ਕਿਹਾ ਕਿ ਉਹ ਕੇਜਰੀਵਾਲ ਦਾ ਹਾਲ ਜਾਣਨਾ ਚਾਹੁੰਦੇ ਨੇ। ਜਿਹੜਾ ਡੈਫਮੇਸ਼ਨ ਕੇਸ ਜਿਹਦੇ 'ਚ ਕੇਜਰੀਵਾਲ ਸਾਹਿਬ ਨੇ ਅਤੇ ਆਸ਼ੀਸ਼ ਖੈਤਾਨ ਸਾਹਿਬ ਨੇ ਮੇਰੇ ਤੋਂ ਮਾਫ਼ੀ ਮੰਗੀ ਸੀ, ਉਸ ਕੇਸ 'ਚ ਸਾਡੇ ਸੰਜੇ ਸਿੰਘ ਉਹਨਾਂ ਦੇ ਨਾਲ ਜਿਹੜੇ ਸਾਥੀ ਸਨ ਉਹ ਕੇਸ 'ਚ ਮੁਤਲਕ ਅੱਜ ਮੈਂ ਪੇਸ਼ ਹੋਇਆ ਸੀ। ਮੈਨੂੰ ਸੀਗਾ 6 ਮਹੀਨੇ ਬਾਅਦ ਅੰਦਰ ਰਹਿ ਕੇ ਆਏ ਆ ਅਤੇ ਮੈਂ ਅੱਜ ਆਉਣਗੇ ਅਤੇ ਮੈਂ ਉਹਨਾਂ ਦਾ ਪਤਾ ਪੁਤਾ ਲੈ ਲਾਂ, ਹਾਲ ਚਾਲ ਪੁੱਛ ਲਾਂ, ਔਰ ਇਹ ਵੀ ਪੁੱਛ ਲਾਂ ਕਿ ਭਾਈ ਮੇਰੇ ਯਾਰ ਦਾ ਕੇਜਰੀਵਾਲ ਦਾ ਉੱਥੇ ਕੀ ਹਾਲ, ਕਿਉਂਕਿ ਮੈਂ ਵੀ ਚਿੰਤਿਤ ਹਾਂ। ਕਹਿੰਦੇ 5-7 ਕਿਲੋ ਭਾਰ ਘੱਟ ਗਿਆ ਅੰਦਰ ਰਹਿ ਕੇ, ਅਤੇ ਕੋਈ ਡਾਇਟ ਡੂਇਟ ਜੇ ਅਸੀਂ ਸੁਜੈਸਟ ਕਰ ਸਕਦੇ ਅਸੀਂ ਸੁਜੈਸਟ ਕਰਾਂਗੇ ਜਿਹਦੇ ਨਾਲ ਭਾਰ ਨਾ ਘਟੇ ਔਰ ਉਹ ਤੰਦਰੁਸਤ ਰਹੇ। ਔਰ ਅੱਜ ਕੋਰਟ ਨੇ ਕਿਉਂਕਿ ਸੱਦਾ ਸੀ, ਮੈਂ ਤਾਂ ਆਇਆ, ਉਹ ਜਨਾਬ ਆਏ ਨਹੀਂ, ਚਲੋ ਮੁਲਾਕਾਤ ਰਹਿ ਗਈ ਅਗਲੀ ਵਾਰੀ ਮਿਲ, ਮਗਰ ਮੈਂ ਤਾਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਰੱਬ ਦੇ ਰੰਗ ਵੇਖੋ ਕਿ ਮੈਨੂੰ ਅੰਦਰ ਕਰਾਉਂਦੇ ਸੀ ਆਪ ਮੇਰੇ ਤੋਂ ਵੱਧ ਸਮਾਂ ਸਾਰੀ ਲਾਏ ਹੌਲੀ ਹੌਲੀ। ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾ।